रुकी मेरे रुकी 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 टाइम है क्या और पिंड की स्पोर्ट है बढ़िया पिंड रुकी मेरे रुकी 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 टाइम है क्या रुकी रुकी सत श्री अकाल जी सारे नू ते स्वागत कर रहे थोड़े एक होर नवे ब्लॉग दे विच ही ਤੇ ਅੱਜ ਆਪਾਂ ਇੱਥੋਂ ਲੰਘੇ ਜਾ ਰਹੇ ਸੀਗੇ ਤੇ ਰਸਤੇ 'ਚ ਇੱਕ ਆਪਾਂ ਨੂੰ ਇੱਕ ਨੌਜਵਾਨ ਮਿਲਿਆ ਪ੍ਰੈਕਟਿਸ ਕਰਦਾ ਤੇ ਤੁਹਾਨੂੰ ਤੇ ਉਹ ਮੈਂ ਦੇਖਿਆ ਕਿ ਪਿੰਡ ਵਿੱਚ ਕਰ ਰਿਹਾ ਸੀਗਾ ਤੇ ਮੈਂ ਸੋਚਿਆ ਕਿ ਉਹਨਾਂ ਗੱਲਬਾਤ ਕੀਤੀ ਜਾਵੇ ਤੇ ਆ ਜਾਓ ਤੁਹਾਨੂੰ ਉਹ ਨਾਲ ਮਿਲਾਉਣੇ ਆਗੇ ਤੇ ਇੱਕ ਐਥਲੀਟ ਹੈਗਾ ਆ ਜਾਓ ਜੀ ਤੁਹਾਨੂੰ ਮਿਲਾਉਣੇ ਉਹਦੇ ਨਾਲ ਬਾਈ ਨਾਲ ਤੇ ਆਹ ਬਾਈ ਆਪਣੇ ਨਾਲ ਖੜੇ ਨੇ ਤੇ ਸਕੇਟਿੰਗ ਕਰਦੇ ਨੇ ਤੇ ਹੋਰ ਵੀਰੇ ਕੀ ਹਾਲ ਨੇਗੇ ਠੀਕ ਹੈ ਕੀ ਨਾਮ ਹੈ ਤੁਹਾਡਾ ਸਤਨਾਮ ਸਿੰਘ ਨਾਮ ਹੈ ਠੀਕ ਹੈ ਤੇ ਕਿਵੇਂ ਰੁਚੀ ਬਣੀ ਇਹ ਗੇਮ ਦੇ ਵਿੱਚ ਸਾਹਿਲ ਸਿੰਗਲਾ ਤੇ ਕਿਹੜੇ ਸਕੂਲ ਚ ਪੜ੍ਹਦੇ ਹੋ ਤੁਸੀਂ ਡੀਏਵੀ ਚ ਪੜ੍ਹਦਾ ਸੀ ਪਹਿਲਾਂ ਡੀਏਵੀ ਸੁਨਾਮ ਠੀਕ ਹੈ ਜੀ ਤੇ ਕਿਵੇਂ ਕੀ ਤੁਹਾਨੂੰ ਕੀ ਐਂ ਲੱਗਿਆ ਕਿ ਮੈਂ ਇਹ ਗੇਮ 'ਚ ਆਪਦਾ ਕੀ ਕਰੀਅਰ ਬਣਾਉਣਾ ਹੈਗਾ ਗੇਮ 'ਚ ਤਾਂ ਮੈਨੂੰ ਐਂ ਲੱਗਿਆ ਜੀ ਇਹ ਮੈਂ ਇਹ ਕਰ ਸਕਦਾ ਜੀ ਠੀਕ ਆ ਨਾਮ ਨੂੰ ਮਾਰ ਸਕਦਾ ਵਧੀਆ ਜੀ ਠੀਕ ਆ ਜੋਬ ਮਿਲ ਸਕਦੀ ਹੈ ਵਧੀਆ ਕੋਈ ਠੀਕ ਆ ਜੀ ਇਸ ਆਪਾਂ ਸੋਚ ਲਈ ਹਾਂਜੀ ਹਾਂਜੀ ਕਿਵੇਂ ਫਿਰ ਤੁਹਾਨੂੰ ਇਹ ਗੇਮ 'ਚ ਆਪਦਾ ਦਿਲੋਂ ਇੱਛਾ ਹੈਗੀ ਆ ਵਧੀਆ ਕਿ ਅੱਗੇ ਕਰ ਕੁਛ ਕਰਨ ਦੀ ਬਹੁਤ ਦਿਲ ਕਰਦਾ ਜੀ ਵੀ ਇਹ ਖੇਡਾਂ 'ਚ ਪੜ੍ਹਾਈ ਨਾਲ ਠੀਕ ਆ ਪੜ੍ਹਾਈ ਵੀ ਪੂਰੀ ਆ ਵਧੀਆ ਨਾਲ ਮੇਰੀ ਗੇਮ ਵੀ ਵਧੀਆ ਹੋ ਗਈ ਠੀਕ ਆ ਫਿਰ ਕੀ ਅੱਗੇ ਕਿਤੇ ਖੇਡਣ ਜਾਂਦੇ ਹੋ ਤੁਸੀਂ ਇੱਕ ਸ਼ੌਂਕ ਵਜੋਂ ਕਰਦੇ ਪਹਿਲਾਂ ਗਿਆ ਸੀ ਪਹਿਲਾਂ ਕਰਨਾਟਕ ਗਿਆ ਸੀ ਕਰਨਾਟਕਾ ਠੀਕ ਹੈ ਫਿਰ ਬਾਅਦ ਚ ਹੁਣ ਜੇ ਗਿਆ ਜੀ ਮਹਾਰਾਸ਼ਟਰ ਚ ਮਹਾਰਾਸ਼ਟਰ ਚ ਕੀ ਕਿਵੇਂ ਨੈਸ਼ਨਲ ਵਜੋਂ ਗਏ ਸੀ ਡਿਸਟ੍ਰਿਕਟ ਵਜੋਂ ਨੈਸ਼ਨਲ ਚ ਠੀਕ ਆ ਤੇ ਉਰੇ ਪਹਿਲਾਂ ਤੁਸੀਂ ਨੇ ਸਟਾਰਟਿੰਗ ਕਿੱਥੋਂ ਕੀਤੀ ਖੇਡਣ ਦੀ ਕਿ ਮੈਂ ਕਿੱਥੇ ਸ਼ੁਰੂ ਕਰਨੀ ਹੈ ਚੀਜ਼ ਸਟਾਰਟਿੰਗ ਤਾਂ ਜੀ ਮੈਂ ਪਿੰਡੋ ਹੀ ਕੀਤੀ ਸੀ ਪਿੰਡੋ ਹੀ ਕੀਤੀ ਸੀ ਠੀਕ ਹੈ ਕਿ ਆਮ ਸੜਕਾਂ ਉੱਤੇ ਕੋਈ ਠੀਕ ਆ ਗਰਾਊਂਡ ਨਹੀਂ ਜਾਂਦੇ ਹੈਗੇ ਇੱਕ ਗਰਾਊਂਡ ਕਰਵਾਉਣ ਵੀ ਜਾਂਦੇ ਆ ਹੁਣੇ ਹੁਣੇ ਲੱਗੇ ਸੀ 2 ਸਾਲ ਹੋ ਗਏ ਕਿ ਗੇਮ ਕਰਦੇ ਨੂੰ ਤੇ ਇਹ ਗੇਮ ਨਾਲ ਤੁਹਾਡਾ ਸਟੱਡੀ ਚ ਤਾਂ ਨਹੀਂ ਲਾਸ ਹੋ ਰਿਹਾ ਹੈਗਾ ਇਹ ਗੇਮ ਨਾਲ ਮੇਰਾ ਸਟੱਡੀ ਚ ਠੀਕ ਹੈ ਕਿਉਂ ਕਿੰਨੀਵੀਂ ਕਲਾਸ ਚ ਪੜ੍ਹਦੇ ਹੋ ਤੁਸੀਂ ਮੈਂ 8th ਕਲਾਸ ਚ ਪੜ੍ਹਦਾ 8th ਚ ਪੜ੍ਹ ਰਹੇ ਹੋ ਠੀਕ ਹੈ ਜੀ ਉਮਰ ਕਿੰਨੀ ਹੈ ਤੁਹਾਡੀ 15ਵਾਂ ਸਾਲ ਆ ਗਿਆ ਇਹ 15ਵਾਂ ਸਾਲ ਆ ਗਿਆ ਤੇ ਦੇਖੋ 15 ਸਾਲ ਦੀ ਉਮਰ ਚ ਧੁੱਪੇ ਬਾਈ ਪ੍ਰੈਕਟਿਸ ਕਰਦਾ ਫਿਰਦਾ ਹੈਗਾ ਵਧੀਆ ਤੇ ਕਿੰਨਾ ਜਨੂਨ ਆ ਬਾਈ ਚ ਗੇਮ ਕਰਨ ਦਾ ਤੇ ਲੱਗਿਆ ਹੋਇਆ ਹੈਗਾ ਇਕੱਲੀ ਪ੍ਰੈਕਟਿਸ ਕਰਨ ਤੁਸੀਂ ਖੇਡੇ ਕੀ ਨੈਸ਼ਨਲ ਲੈਵਲ ਤੱਕ ਖੇਡੇ ਹੋ ਉਦੋਂ ਪਹਿਲਾਂ ਤੁਸੀਂ ਕੀ ਸਟੇਟ ਲੈਵਲ ਤੱਕ ਖੇਡੇ ਹੋਵੋਗੇ ਤੇ ਸਟੇਟ ਲੈਵਲ 'ਚ ਫਿਰ ਤੁਹਾਡਾ ਕੀ ਮੈਡਲ ਆਇਆ ਸੀਗਾ ਸਿਲਵਰ ਮੈਡਲ ਆਇਆ ਸੀਗਾ ਠੀਕ ਹੈ ਕਿੰਨਾ ਟਾਈਮ ਤੁਸੀਂ ਪ੍ਰੈਕਟਿਸ ਕਰਦੇ ਹੋਵੋਗੇ ਰੋਜ਼ ਕਰਦੇ ਬਸ ਆ ਲੋਕਡਾਊਨ ਲੱਗ ਗਿਆ ਜੀ ਵਿੱਚ ਉਹਦੇ ਕਰਕੇ ਅੱਧਾ ਸਾਲ ਤਾਂ ਹੀ ਆਈ ਲੱਗ ਗਿਆ ਅੱਛਾ ਉਹ ਕੀ ਤੁਹਾਡਾ ਡੇਲੀ ਦਾ ਟਾਈਮ ਕਿੰਨਾ ਰੱਖਿਆ ਕਿ ਮੈਂ ਸਵੇਰੇ ਸ਼ਾਮ ਇੰਨਾ ਟਾਈਮ ਪ੍ਰੈਕਟਿਸ ਕਰਨੀ ਹੈ ਜੀ ਦਾ ਤਾਂ ਇਹ ਸਵੇਰੇ ਤਾਂ ਇਹ ਕਿਤੇ ਕਿਤੇ 5:30 ਹੋ ਜਾਂਦਾ ਆ ਫਿਰ 6:30 ਠੀਕ ਹੈ ਰਾਤ ਨੇ ਵੀ ਆਹੀ ਇੱਕ ਇੱਕ ਘੰਟਾ ਕਰਦਾ ਜੀ ਠੀਕ ਸਵੇਰ ਸ਼ਾਮ ਇੱਕ ਘੰਟਾ ਠੀਕ ਹੈ ਤੇ ਉਦੋਂ ਕੋਚ ਸਾਹਿਬ ਹੁੰਦੇ ਨੇ ਕਦੋਂ ਇਕੱਲੇ ਕਰਦੇ ਕੋਚ ਸਾਹਿਬ ਲੈ ਬਾਅਦ ਚ ਜਾਂਦੇ ਹੋਣਗੇ ਪਹਿਲਾਂ ਕੋਚ ਸਾਹਿਬ ਕੋਲੇ ਜਾਂਦੇ ਪਹਿਲਾਂ ਕੋਚ ਸਾਹਿਬ ਕੋਲੇ ਜਾਂਦੇ ਜਦੋਂ ਫ੍ਰੀ ਟਾਈਮ ਮਿਲਦਾ ਜਦੋਂ ਇਕੱਲਾ ਕਰ ਲੈਂਦੇ ਠੀਕ ਹੈ ਜੋ ਫ੍ਰੀ ਟਾਈਮ 'ਚ ਇਕੱਲੇ ਕਰਦੇ ਹੋਣਗੇ ਤੇ ਘਰਦਿਆਂ ਵੱਲੋਂ ਵਧੀਆ ਸਪੋਰਟ ਹੈਗੀ ਆ ਤੁਹਾਨੂੰ ਘਰਦਿਆਂ ਵੱਲੋਂ ਕੀ ਵਧੀਆ ਸਪੋਰਟ ਹੈਗੀ ਠੀਕ ਹੈ ਕਿਉਂਕਿ ਘਰਦਿਆਂ ਦੀ ਸਪੋਰਟ ਤੋਂ ਬਿਨਾਂ ਤਾਂ ਕੁਛ ਵੀ ਨਹੀਂ ਹੁੰਦਾ ਹੈਗਾ ਘਰਦਿਆਂ ਦੀ ਸਪੋਰਟ ਤਾਂ ਜ਼ਰੂਰੀ ਹੁੰਦੀ ਹੈਗੀ ਅਤੇ ਹੋਰ ਪਿੰਡ ਦੀ ਸਪੋਰਟ ਹੈਗੀ ਆ ਵਧੀਆ ਕਿ ਪਿੰਡ ਵਾਲੇ ਕਹਿੰਦੇ ਨੇ ਕਿ ਹਾਂ ਵਧੀਆ ਸ਼ੇਰਾ ਤੂੰ ਗੇਮ ਕਰ ਰਿਹਾ ਹੈਗਾ ਵਧੀਆ ਕਿ ਪਿੰਡ ਵਾਲੇ ਵੀ ਵਧੀਆ ਕੀ ਚਾਹੁੰਦੇ ਨੇਗੇ ਠੀਕ ਆ ਅਤੇ ਹੁਣ ਆਪਾਂ ਬਾਈ ਦੇ ਸਟੰਟ ਵੀ ਦੇਖਦੇ ਹਾਂਗੇ ਅਤੇ ਤੁਹਾਨੂੰ ਦਿਖਾਉਂਦੇ ਹਾਂਗੇ Thank you.
ਇਹਦੀ ਆਪਾਂ ਕਿੱਟ 'ਚ ਦੇਖ ਦਿਆਂਗੇ ਕੀ ਕੁਛ ਲੈ ਕੇ ਆਉਣਾ ਹੁੰਦਾ ਬਾਈ ਆਪਦੇ ਨਾਲ। ਤੇ ਆਹ ਦੇਖਿਆ ਸੀ ਆਹ ਵੀਲ ਕਿਵੇਂ ਨੇ ਵੀਰੇ? ਪਾਣੀ ਦੀ ਬੋਟਲ ਹੁੰਦੀ ਆ ਬਾਈ ਨਾਲ। ਆਹ ਦੇਖੋ ਤੇ ਇੰਨੇ ਕੁ ਨਾਲ ਹੀ ਬਾਈ ਆਪਣਾ ਪ੍ਰੈਕਟਿਸ ਕਰਨ ਆ ਜਾਂਦਾ ਹੈਗਾ। ਤੇ ਮੈਂ ਸਾਰਿਆਂ ਨੂੰ ਆਖਿਰ ਵਿੱਚ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਆਪਣੇ ਪੰਜਾਬ 'ਚ ਕੀ ਹੁਣ ਗੇਮਾਂ ਦੀ ਰੁਚੀ ਬਹੁਤ ਘੱਟ ਰਹੀ ਹੈਗੀ, ਕਿ ਗੇਮਾਂ ਵੱਲ ਮੈਂ ਸਾਰੇ ਪੇਰੈਂਟਸ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਆਪਦੇ ਬੱਚਿਆਂ ਨੂੰ ਵੱਧ ਤੋਂ ਵੱਧ ਗੇਮਾਂ ਵੱਲ ਜੋੜੋ, ਕਿ ਉਹਨਾਂ ਦੀ ਸਪੋਰਟ ਕਰੋ, ਕਿ ਜਿਹੜੀ ਵੀ ਫੀਲਡ 'ਚ ਜਾਣਾ ਚਾਹੁੰਦੇ ਨੇਗੇ ਕਿ ਨਾਲ ਉਹਨਾਂ ਦੇ ਥੰਮ ਬਣ ਕੇ ਖੜੋ ਕਿ ਹਾਂ ਅਸੀਂ ਤੁਹਾਡੇ ਨਾਲ ਆਂਗੇ। ਚਲੋ ਤੇ ਇਹ ਸਾਰਿਆਂ ਦਾ ਫਰਜ਼ ਆ ਨਗਰ ਨਿਵਾਸੀਆਂ ਦਾ ਕਿ ਸਾਰਿਆਂ ਦਾ ਕਿ ਉਹਨਾਂ ਦੇ ਨਾਲ ਖੜਨ, ਕਿ ਗੇਮ ਨੂੰ ਵਧਾਵਾ ਦੇਣ, ਆਪਦੇ ਪਿੰਡ 'ਚ ਵਧੀਆ ਕਿ ਗਰਾਊਂਡ ਹੋਵੇ, ਨਸ਼ਿਆਂ ਤੋਂ ਨੌਜਵਾਨ ਹਟਣ, ਗੇਮਾਂ ਵੱਲ ਆਉਣ। ਅਤੇ ਇਹੀ ਮੈਂ ਤਾਂ ਅਪੀਲ ਕਰਨਾ ਚਾਹੁੰਦਾ। ਅਤੇ ਬਾਈ ਨਾਲ ਆਪਣੀ ਫੁੱਲ ਸਪੋਰਟ ਹੈਗੀ, ਅਤੇ ਆਪਾਂ ਚਾਹੁੰਦੇ ਹਾਂ ਦਿਲੋਂ ਕਿ ਬਾਈ ਆਪਣਾ ਅੱਗੇ ਅੱਗੇ ਤਰੱਕੀਆਂ ਕਰੇ ਅਤੇ ਆਉਣ ਵਾਲੇ ਸਮੇਂ 'ਚ ਇੰਡੀਆ ਨੂੰ ਰੀਪ੍ਰਜੈਂਟ ਕਰੇ ਅਤੇ ਪੂਰੇ ਵਰਲਡਵਾਈਡ ਫੇਮਸ ਹੋਵੇ ਬਾਈ ਆਪਣਾ। ਅਤੇ ਪੂਰੀ ਸਪੋਰਟ ਆ ਵੀਰੇ ਤੇਰੇ ਨਾਲ, ਆਉਣ ਵਾਲੇ ਸਮੇਂ 'ਚ ਵਧੀਆ ਤਰੱਕੀ ਹਾਸਲ ਕਰੇ। ਅਤੇ ਇੱਥੇ ਆਪਾਂ ਕਰਦੇ ਵੀਡੀਓ ਦਾ ਐਂਡੀ। ਅਤੇ ਆਪਾਂ ਗੁਜਰੇ ਜਾ ਰਹੇ ਲਈ ਤੋਂ ਲੰਘ ਰਹੇ ਸੀਗੇ ਅਤੇ ਰਸਤੇ 'ਚ ਆਪਾਂ ਨੂੰ ਬਾਈ ਮਿਲ ਗਿਆ ਸੀਗਾ ਸਕੇਟਿੰਗ ਕਰਦਾ, ਅਤੇ ਆਪਾਂ ਨੇ ਸੋਚਿਆ ਕਿ ਗੱਲਬਾਤ ਕਰ ਲੈਂਦੇ ਹਾਂਗੇ। ਚਲੋ ਤੁਹਾਡੇ ਰਾਮ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ ਜੀ। Thank you.